ਸ਼ਿਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ। ਜਿਵੇਂ ਕਿ ਜਤਿੰਦਰ ਨੇ ਤੁਹਾਨੂੰ ਪਿਛਲੇ ਵਲੌਗ 'ਚ ਦੱਸਤਾ ਸੀਗਾ ਕਿ ਅੱਜ ਅਸੀਂ ਫੰਕਸ਼ਨ ਦੇ ਵਿੱਚ ਜਾਣਾ ਆ, ਸਾਡੀ ਕਜ਼ਨ ਸਿਸਟਰ ਦੀ ਇੰਗੇਜਮੈਂਟ ਹੈ ਅਤੇ ਤਾਂ ਹੀ ਅਸੀਂ ਇੰਨਾ ਤਿਆਰ ਸ਼ਿਆਰ ਹੋ ਕੇ ਚੱਲੇ ਹਾਂ ਅਤੇ ਹੁਣ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ। ਐਕਚੁਲੀ ਪਹਿਲਾਂ ਤਾਂ ਭੂਆ ਫੁੱਫੜੀ ਸੌਰੀ ਮੈਂ ਲੇਟ ਹੋ ਗਿਆ ਕਿਉਂਕਿ ਉਹਨਾਂ ਨੂੰ ਵੀ ਪਤਾ ਵੈਸੇ ਤਾਂ ਰੱਖੜੀ ਸੀ, ਅੱਜ ਹੀ ਰੱਖੜੀ ਦਾ ਦਿਨ ਹੈ ਅਤੇ ਅੱਜ ਹੀ ਉਹ ਫੰਕਸ਼ਨ ਹੈ ਸੁੱਖ ਨਾਲ ਅਤੇ ਉਹਨਾਂ ਨੇ ਵੀ ਵੈਸੇ ਤਾਂ ਰੱਖੜੀ ਨੂੰ ਦੇਖਦੇ ਸ਼ਾਨਦਾਰ ਰੱਖਿਆ, ਪਰ ਫਿਰ ਵੀ ਘਰੇ ਰਿਸ਼ਤੇਦਾਰਾਂ ਦਾ ਆਉਣ ਜਾਣ ਹੈ ਨਾ ਅਤੇ ਸੋ ਲੇਟ ਹੋ ਗਏ। ਹੁਣ ਬਹੁਤਾ ਸਮਾਂ ਨਹੀਂ ਲਾਉਂਦੇ ਅਤੇ ਛੇਤੀ ਛੇਤੀ ਪਹੁੰਚਦੇ ਉੱਥੇ, ਠੀਕ ਹੈ ਜੀ, ਅਤੇ ਮਿਲਦੇ ਹਾਂ ਤੁਹਾਨੂੰ ਸਿੱਧਾ ਫੰਕਸ਼ਨ 'ਤੇ। ਓਕੇ ਟ੍ਰਾਈਪੋਡ ਜਾਣਾ ਲਾ ਕੇ ਮੈਂ ਗੱਡੀ 'ਚ ਰੱਖਣ ਲੱਗਾ, ਕਿਤੇ ਲੋਕ ਭੁਲੇਖੇ ਨਾਲ ਮੈਨੂੰ ਫੋਟੋਗ੍ਰਾਫਰ ਸਮਝੀ ਜਾਣ, ਮੈਨੂੰ ਕਹਿਣ ਵੀ ਸਾਡੀ ਫੋਟੋ ਖਿੱਚੀ, ਮੈਨੂੰ ਗੱਡੀ 'ਚ ਲਾ ਕੇ ਆਉਣੇ ਯਾਰ। ਲਓ ਜੀ ਅਸੀਂ ਹੁਣ ਮੈਂ ਅਤੇ ਮੇਰੇ ਚਾਚਾ ਜੀ ਥੋੜ੍ਹਾ ਜਿਹਾ ਜ਼ਰੂਰੀ ਸਮਾਨ ਜਿਹੜਾ ਕੋਈ ਹੁੰਦਾ, ਰੋਲ ਕਿਹੜੇ ਸਿਲਵਰ ਰੋਲ ਲੈਣ ਚੱਲੇ ਹਾਂ, ਅਲਮੀਨੀਅਮ ਫੋਇਲ ਉਹ ਲੈਣ ਚੱਲੇ ਹਾਂ ਹੁਣ, ਅਤੇ ਇਹੋ ਜਿਹੇ ਕੰਮ ਤੁਹਾਨੂੰ ਪਤਾ ਬਥੇਰੇ ਹੁੰਦੇ ਆ ਜੇ ਪ੍ਰੋਗਰਾਮ 'ਤੇ ਨਿੱਕੇ ਮੋਟੇ, ਸੋ ਹੁਣ ਜਾ ਕੇ ਅਸੀਂ ਪਹਿਲਾਂ ਫੋਇਲ ਪੇਪਰ ਚੱਕ ਲਈਏ ਅਤੇ ਹੋਰ ਵੀ ਨਿੱਕਾ ਮੋਟਾ ਸੌਦਾ ਜਿਹੜਾ ਚੱਕਣਾ ਉਹ ਵੀ ਚੱਕ ਲਈਏ। ਚੱਲ ਠੀਕ ਹੈ। ਹੁਣ ਤੂੰ ਫਿਰ ਲੱਗ ਪਿਆ ਤੂੰ? ਨਹੀਂ ਮੈਂ ਇਕੱਲੇ ਆਂਡੇ ਖਾਂਦਾ ਹੁਣ। ਆਂਡੇ ਆਂਡੇ ਖਾਣ ਦੀ ਤਾਂ ਕੋਈ ਲੋੜ ਹੀ ਨਹੀਂ, ਉਹ ਤਾਂ ਬੱਚੇ ਮਰੀ ਜਾਂਦੇ ਤੂੰ। ਮੈਂ ਵੀ ਸਾਡੇ ਤੇ ਵੀ ਅਣਬੁੱਧੀ ਵਾਲਾ ਟਾਈਮ ਹੀ ਆ ਨਾ ਹੁਣ। ਹੁਣ ਨੀ ਤੂੰ ਤਾਂ ਬੁੱਧੀ, ਹੁਣ ਤੂੰ ਕੰਮ ਕਰਨਾ। ਚਲੋ ਹਾਂਜੀ ਗਰਲਸ ਕੀ ਕਰ ਰਹੀ ਹੋ? ਗਰਲਸ ਬੀਬੀ ਕੀ ਕਰ ਰਹੇ ਹੋ? ਗੱਲਾਂ ਦਾ ਕੜਾਹ ਕੱਢੀ ਜਾਂਦੀਆਂ, ਗੱਲਾਂ ਦਾ ਕੜਾਹ ਕੱਢੀ ਜਾਂਦੀਆਂ ਹਨਾ। ਫਸਟ ਗਰਲ, ਸੈਕਿੰਡ ਗਰਲ, ਥਰਡ ਗਰਲ, ਸਾਇਲੈਂਟ ਗਰਲ, ਚੁੱਪ ਚਾਪ ਗਰਲ, ਸਮਾਈਲਿੰਗ ਗਰਲ। ਬੀਬੀ ਚੰਗਾ ਭਾਈ ਤੇਰੀ ਚਾਹ ਪਿਆਈਏ? ਚਲ
ਮੈਂ ਤਾਂ ਗਿਆ ਨੀ ਗੋਆ ਭਾਈ ਫੀਲ ਲੈ ਲੋ ਇੱਥੋਂ ਹਾਂ ਸਾਨੂੰ ਤਾਂ ਇੱਕੋ ਗੋਆ ਪਤਾ ਗੋਆ ਜਿਹਦੀਆਂ ਪਾਥੀਆਂ ਪੱਥੀਆਂ ਜਾਂਦੇ ਸਾਨੂੰ ਤਾਂ ਪਾਥੀਆਂ ਪੱਥਣ ਵਾਲਾ ਗੋਆ ਹੀ ਪਤਾ ਆ ਆ ਦੇਖੋ ਆ ਮੇਰੇ ਦਾਦਾ ਜੀ ਹੈ ਆ ਮੇਰੀ ਭੂਆ ਇਹਦਾ ਵੀ ਭੂਆ ਦਾ ਬਹੁਤ ਕੱਬਾ ਸੁਭਾਅ ਉਹ ਮੇਰੀ ਚਾਚਾ ਜੀ ਦੀ ਬੇਟੀ ਹੈ ਉਹ ਮੇਰੀ ਬੀਬੀ ਹੈ ਬਾਹਲੀ ਨਰਮ ਹੈ ਆ ਵੀ ਮੇਰੀ ਭੂਆ ਆ ਭੂਆ ਦਾ ਵੀ ਥੋੜਾ ਥੋੜਾ ਜਿਹਾ ਕੱਬਾ ਸੁਭਾਅ ਠੀਕ ਹੈ ਉਹ ਮੇਰੀ ਭੂਆ ਉਹਦਾ ਜਮਾ ਹੀ ਨਹੀਂ ਕੱਬਾ ਸੁਭਾਅ ਤੇ ਇਹ ਮੇਰੀ ਘਰ ਵਾਲੀ ਹੈ ਇਹਦੇ ਸੁਭਾਅ ਬਾਰੇ ਤੁਸੀਂ ਜਾਣਦੇ ਹੋ ਸਾਰੇ ਕਿਉਂਕਿ ਅੱਜ ਸਾਨੂੰ ਟਾਈਮ ਹੀ ਨਹੀਂ ਮਿਲਿਆ ਮਿਲਣ ਦਾ ਇੱਥੇ ਇਹ ਸਵੇਰੇ ਤਿਆਰੀਆਂ ਤਿਉਰੀਆਂ ਸਾਰੇ ਬਿਜ਼ੀ ਸੀਗੇ ਤੇ ਅਸੀਂ ਉੱਧਰ ਗਏ ਹੋਏ ਸੀ ਭੈਣ ਕੋਲੇ ਤੇ ਇੱਥੇ ਹੀ ਰੱਖੜੀ ਬੰਨ ਕੇ ਖੁਸ਼ੀ ਦਾ ਇਜ਼ਹਾਰ ਕਰ ਰਹੀਆਂ ਨੇ ਕਿਸੇ ਸਾਡੇ 'ਚ ਦੇਖਿਆ ਹੋਣਾ ਨਾ ਮਦਰ ਨੂੰ ਦੇਖਿਆ ਹੋਣਾ ਕਿਉਂਕਿ ਉਹ ਦੋਨੋਂ ਕੈਨੇਡਾ ਨੇ ਅਤੇ ਡੈਡੀ ਦੇ ਹਿੱਸੇ ਦੀ ਰੱਖੜੀ ਮੇਰੇ ਗੁੱਟ ਦੇ ਭੂਆ ਜੀ ਹਰੇ ਬੰਨ ਰਹੇ ਨੇ ਸੱਚੀ ਕਿਉਂਕਿ ਪਹਿਲਾਂ ਬਰਫੀ ਖਵਾ ਕੇ ਬੜਾ ਮਿੱਠਾ ਕਰਦਾ ਮੈਂ ਕਿਹਾ ਫਰੂਟ ਖਵਾ ਦੇ ਜੀ ਤੁਹਾਨੂੰ ਅਸੀਂ ਮਿਲਾਉਂਦੇ ਹਾਂ ਬਹੁਤ ਹੀ ਮਹਾਨ ਹਸਤੀਆਂ ਦੇ ਨਾਲ ਸਾਡੀਆਂ ਭੈਣਾਂ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਛਾਰੀਆਂ ਪੂਰੀਆਂ ਹੈ ਨਾ ਰਮਨੀਕ ਸਿਮਰਤਾ ਜਾ ਕੇ ਮਿਲਾਉਣਾ ਹੁਣ ਤੁਹਾਨੂੰ ਠੀਕ ਹੈ ਰਮਨੀਕ ਸਿਮਰਤਾ ਥੋੜ੍ਹਾ ਸੋਰੀ ਲੇਟ ਹੋ ਗਿਆ ਸੀ ਲਹਿੰਗਾ ਬਹੁਤ ਭਾਰਾ ਮੇਰੀ ਘਰ ਵਾਲੀ ਦਾ ਤਾਂ ਥੋੜ੍ਹਾ ਔਖੇ ਹੋਏ ਪਏ ਆਉਣ 'ਚ ਆ ਗਏ ਗੱਲ ਇਹ ਸੀ ਵੀ ਉਹਨਾਂ ਨਾਲ ਪਲੈਨ ਬਣ ਰਿਹਾ ਸੀ ਕਿੰਨੇ ਦਿਨਾਂ ਦਾ ਵੀ ਮਿਲਣ ਦਾ ਉਹ ਆਈਆਂ ਹੋਈਆਂ ਸੀ ਉਹ ਘਰ ਦੇ ਬਾਹਰ ਖੜੀਆਂ ਸੀ ਕੋਟਕਪੂਰੇ 'ਤੇ ਅਸੀਂ ਕੁਦਰਤੀ ਫਰੀਦਕੋਟ ਆਏ ਖੜੇ ਸੀਗੇ ਅਤੇ ਉਹ ਕਹਿੰਦੀਆਂ ਫਿਰ ਅਸੀਂ ਫਰੀਦਕੋਟ ਜਾਣਾ ਹੀ ਹਾਂ ਅਤੇ ਹੁਣ ਇੱਥੋਂ ਜਾਂਦੀਆਂ ਮਿਲ ਲੈਂਦੀਆਂ ਤੁਹਾਨੂੰ ਮੈਂ ਗੱਡੀ ਉਹ ਲਾਤੀ ਉੱਥੇ ਆਂਟੀ ਦਾ ਉੱਧਰ ਬੈਠੇ ਗੱਡੀ 'ਚ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਯਾਰ ਅਸੀਂ ਤਾਂ ਚੱਜ ਨਾਲ ਮਿਲ ਕੇ ਖੜ ਜੋ ਬਾਅਦ ਚਲਾਉਂਦੇ ਹਾਂ ਹੁਣ ਬੋਲੋ ਦੁਬਾਰਾ ਮੈਂ ਕਿਹਾ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਵਲੌਗਸ ਥੋੜੀ ਸਾਰੀਆਂ ਵੀਡੀਓਜ਼ ਅਸੀਂ ਦੇਖਦੇ ਹਾਂ ਹਾਂ ਤੇ ਦਿਲੋਂ ਇਹ ਦੁਆ ਹੈ ਕਿ ਬਸ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਕਪਲ ਮੇਰਾ ਫੇਵਰਿਟ ਥੈਂਕ ਯੂ ਸੋ ਮੱਚ ਕਿੱਡੀ ਸੋਹਣੀ ਮੈਚਿੰਗ ਹੋਈ ਹੈ ਹਨਾ ਸਾਡੀ ਦਿਨਾਂ ਦੀ ਆਹ ਸਹੀ ਗੱਲ ਹੈ ਹਨਾ ਰਾਈਟ ਚਲੋ ਜੀ ਤੇ ਬਹੁਤ ਖੁਸ਼ੀ ਹੋਈ ਪਹਿਲਾਂ ਤਾਂ ਆਪਾਂ ਕਿੰਨੇ ਮੈਨੂੰ ਲੱਗਦਾ 3 ਸਾਲ ਬਾਅਦ ਮਿਲੇ ਹਾਂ ਸ਼ਰਮ ਨਹੀਂ ਆਉਣੀ ਚਾਹੀਦੀ ਆਪਾਂ ਨੂੰ ਦੋਨੋਂ ਆਪਾਂ ਨੂੰ ਤਿੰਨਾਂ ਨੂੰ ਚਾਰਾਂ ਨੂੰ ਆਪਾਂ ਤਿੰਨਾਂ ਨੂੰ ਸਪੈਸ਼ਲੀ
हाँ मेरे ब्याह से आए थे तुसी पर उदू बाद अज मिले हैं। लो भी साढ़े ना बहुत चिर का प्लैन से थोड़ा दस चुके हैं तो अज मिले भी पर असी ना आए वो बेचारियाँ घर के बहर खड़िया कोटकपुरे तो असी फरीदकोट फिरते इधर फंक्शन से तुम थोड़ा देख ही सकते हो तो देखा किमें लग्या मिलके चलो जी हम अंदर थोड़ा लैके चलते हैं तो फिर किसी दिन ब्लॉग वधिया जिहा लैके आवेंगे रमणीक सिमरता साडिया भैनों के नाल उदो जो इधर भी असं बिजी ना हो ना असं कोई स्पैशल प्लैन बनावे फिर ब्लॉग लेके आवेंगे आ जाओ मेरी घरवाली कितनी औखी हो जाती इधर दी लंघ के आ जा जा हाँ वो उन्होंने सन लगे इतने खड़िया कितने वो कुदरती इतने उधर सी मैं क्या इधर लियाओ गड्डी बेचारियां तुरके ही आ गई इधर न फिर असं उधर अंदर ना आंटी बैठे थे वो आंटी थोड़े जे मतलब कैजुअल जे सी है ना कैजुअल कहते होंगे घर के कपड़े मतलब घर के कपड़े से थोड़ा जहा फिर उ आ गए थे अभी शॉर्ट लिया नहीं गा तो करके फिर असं उधर ही मिल जावड़े तो हूँ हमने गए ने बहुत वधिया लगे मिल के ओके भैने भैनों ओके भैनों बहुत वधिया लगे थैंक यू फॉर कमिंग थोड़ा थोड़ा पा के अंदर ही लेके जाने अंदर बह के आराम नाल खावांगे है ना भर ली भाई प्लेट भर ली आओ जी सेतिया साहब किवें हो ये साडा सबसक्राइबर है सबसक्राइबर भी है भांजा भी है सबसक्राइबर तो पहला भांजा तो ये बहुत घैंट घैंट कमेंट करता हूँ हम तो ऐसे ही खाते हैं ओके फूफड़ जी थोनू मुबारक बहुत बहुत ठीक है जी ओके ओके ठीक है थैंक यू ओके जी ओके ओके जी असि सोचा सी इस तू बाद डाइटिंग करेंगे प्रोग्राम तो बाद सानू मिठाई का डब्बा दिता जान लगे कैलोरीज बर्न करनिया हुंदियां या पर सानू लोकी बर्न करन नहीं दिंदे हैगे चल कोई गल नहीं मोह प्यार हुंदा सारिआं दा वड्डिआं दा ते आ डब्बे सानू तीन फड़ाते अगे साडे चाचा जी हरे नूं रोके भी आपका डब्बा भुल के तुसीं भी डब्बा लैके जाओ हुण उन्हां नूं डब्बा फड़ाउणे आ ते चंगा जी सत श्री अकाल थोनू ब्लॉग बहुत पसंद आया होगा उम्मीद करदे आ ते जे वीडियो चंगी लगी तो लाइक कर दो नवे चैनल सब्सक्राइब कर दो थैंक यू जी ओके टेक केयर सत श्री अकाल।
ਇਸ ਵੀਡੀਓ ਚ ਮੈਂ ਨਾ ਬਾਹਲਾ ਬੋਲ ਨੀ ਸਕਿਆ ਕਿਉਂਕਿ ਗਾਣੇ ਗੁਣੇ ਚੱਲਦੇ ਸੀਗੇ ਤੇ ਉਹਦੇ ਵਿੱਚ ਬੋਲਿਆ ਵੀ ਨੀ ਜਾਂਦਾ ਸੀ ਤੇ ਨਾ ਅਸੀਂ ਗਾਣੇ ਉੱਥੇ ਪਲੇ ਕਰ ਸਕਦੇ ਯੂਟਿਊਬ ਤੇ ਕਾਪੀਰਾਈਟ ਸਟ੍ਰਾਈਕ ਕਰਕੇ ਸੋ ਮਾਫ ਕਰਿਓ ਥੈਂਕ ਯੂ ਜੀ ਓ ਖੜੇ ਚਾਚੀ ਡੱਬੇ ਭੁੱਲ ਗਏ ਸੀ ਤੁਸੀਂ ਤੁਸੀਂ ਫੜਾ ਦੋ ਹੁਣ ਗਾਹ ਮੈਂ ਹੀ ਤਾਂ ਇੱਧਰ ਨੂੰ ਮੁੜਨਾ ਚਲੋ ਚੰਗਾ ਓਕੇ